ਸ਼ਾਪਿੰਗ ਵੀ ਕਰਵਾਉਂਦਾ ਏ, ਮਿੰਨਤਾਂ ਨਾਲ ਮਨਾਉਂਦਾ ਏ, ਪਿਆਰ ਦਾ ਮਿੱਠੜਾ ਮਾਰ ਕੇ ਬਾਂਸਰ ਕਰ ਦਿੰਦਾ ਏ ਗੋਲ ਜੀ। ਮੈਂ ਵੀ ਸੈਰ ਕਰ ਲਾ। ਓਏ ਬੱਚੇ ਨਹੀਂ ਹੈਗੀ ਏ ਤੇ ਬੇਗਮ ਸਾਹਿਬ ਬੱਚੀ ਏ। ਸਾਹਿਬ ਜੀ ਕੌਫੀ ਬਣਾਵਾਂ। ਦੋ ਕਮਰੇ ਚਾਹੀਦੇ ਨੇ, ਇੱਕ ਡਬਲ ਇੱਕ ਸਿੰਗਲ। ਜੀ ਜ਼ਰੂਰ, ਤੁਸੀਂ ਐਡਰੈਸ ਕਾਰਡ ਫਿਲ ਕਰ ਦਿਓ। ਸਾਹਿਬ ਜੀ ਮੈਂ ਤੁਹਾਡੀ ਪਸੰਦੀਦਾ ਡਿਸ਼ ਬਣਾਉਣ ਲੱਗਾ ਤੇ ਤੁਸੀਂ ਖਾਣਾ ਖਾਣ ਲਈ ਬਾਹਰ ਜਾ ਰਹੇ ਹੋ। ਯਾਰ ਅਸੀਂ ਖਾਣਾ ਖਾਣ ਨਹੀਂ ਜਾ ਰਹੇ, ਅਸੀਂ ਹੁਣੇ ਹੀ ਆ ਰਹੇ। ਤੂੰ ਖਾਣਾ ਪਕਾ ਤੇ ਨਾਲ ਗੱਡੀ ਵੀ ਸਾਫ਼ ਕਰ। ਅਸੀਂ ਗੱਡੀ ਤੇ ਨਹੀਂ ਜਾ ਰਹੇ। ਨਾਲ ਹੀ ਤੇ ਮਾਲ ਹੈਗਾ, ਵਾਕ ਕਰਦੇ ਚੱਲਦੇ। ਓਏ ਬੇਵਕੂਫਾ, ਅਗਰ ਤੂੰ ਸਲੀਮ ਖਾਨ ਨੂੰ ਦੱਸਦਾ ਕਿ ਸੁਮੈਰਾ ਉਹਦੇ ਪਿੱਛੇ ਮਰੀ ਪਹੁੰਚ ਗਈ ਹੈ ਤੇ ਉਹ ਤੈਨੂੰ ਤੇ ਆਪਣੀ ਬੇਗਮ ਨੂੰ ਲੈ ਕੇ ਇੱਥੋਂ ਵੀ ਰਫੂ ਚੱਕਰ ਹੋਏਗਾ। ਸੁਮੈਰਾ ਵਟ ਇਜ਼ ਦਿਸ? ਕਿਉਂ ਕੀ ਹੋਇਆ? ਅਸੀਂ ਇੱਥੇ ਤੇਰਾ ਸਾਥ ਦੇਣ ਲਈ ਤੇ ਤੂੰ ਇਹ ਕਿ ਗੁੰਮ ਸੋਮੇ? ਤੇ ਸ਼ਾਇਦ ਭਾਬੀ ਦੀ ਸਹੇਲੀ ਸੁਮੈਰਾ ਵਰਗੀ ਕੋਈ ਪਾਗਲ ਮੈਨੂੰ ਵੀ ਟੱਕਰ ਜਾਵੇ। ਨੀ ਬੁੱਢਾ ਜਹੀ ਬੁੱਢਾ ਮੇਰਾ ਬੁੱਢਾ ਏ ਦਿਲਦਾਰ ਤੇ ਅੰਗ ਨੂੰ ਪਰਾਂ ਕਰੋ। ਨੀ ਬੁੱਢਾ ਜਹੀ ਬੁੱਢਾ ਮੇਰਾ ਬੁੱਢਾ ਏ ਦਿਲਦਾਰ ਤੇ ਅੰਗ ਨੂੰ ਪਰਾਂ ਕਰੋ। ਖੁਦਾ ਦਾ ਵਾਸਤੇ ਸਾਨੀਆ, ਹਰ ਵਕਤ ਮਜ਼ਾਕ ਨਾ ਕਰਿਆ ਕਰ। ਮੇਰਾ ਮੂਡ ਅੱਜ ਪਹਿਲੇ ਹੀ ਖਰਾਬ ਹੈ ਤੇ ਤੂੰ ਮੈਨੂੰ ਤੰਗ ਕਰ ਰਹੀ ਹੈ। ਮਜ਼ਾਕ ਤੇ ਦੁਸ਼ਮਣ ਕਰਦੇ ਨੇ ਸੁਮੈਰਾ, ਦੋਸਤ ਨਹੀਂ। ਮੈਂ ਤੇ ਤੈਨੂੰ ਤੇਰੇ ਦਿਲ ਦੀ ਗੱਲ ਦੱਸ ਰਹੀ। ਸ਼ਾਇਦ ਮੇਰੀ ਆਵਾਜ਼ ਉਸ ਬੇਵਫਾ ਓਲਡ ਮੈਨ ਤੀਕਰ ਪਹੁੰਚ ਜਾਵੇ ਜਿਹਦਾ ਇੰਤਜ਼ਾਰ ਮੇਰੀ ਸਹੇਲੀ ਮਰੀ ਚ ਕਰ ਰਹੀ। ਐਨੀਵੇ ਮੈਂ ਹੋਰ ਜ਼ਿਆਦਾ ਬਰਦਾਸ਼ਤ ਨਹੀਂ ਕਰ ਸਕਦੀ। ਹਾਂ ਹਾਏ ਵਿੱਕੀ, ਸੁਮੈਰਾ ਤੇ ਮਾਇੰਡ ਹੀ ਕਰ ਗਈ ਹੈ। ਹੈਲੋ। ਹੈਲੋ ਜੀ, ਮਿਸ ਸੁਮੈਰਾ ਇੱਥੇ ਠਹਿਰੇ ਹੋਏ ਜੀ? ਜੀ ਮਿਸ ਮੈਰਾ ਦੋ ਤਿੰਨ ਠਹਿਰੇ ਹੋਏ ਨੇ, ਤੁਸੀਂ ਕਿਹਨੂੰ ਮਿਲਣਾ? ਸੀ ਐਨ ਜੀ ਕਰੋ, ਸਾਰੇ ਨੇ ਮਿਲਵਾ ਦਿਓ ਜੀ। ਓਹੋ ਮੇਰਾ ਮਤਲਬ ਹੈ ਜੀ, ਹੁਣ ਮੈਂ ਸਾਰੇ ਨਾਲ ਮਿਲਣ ਤੋਂ ਰਿਹਾ, ਮੈਂ ਤੇ ਆਪਣੇ ਵਾਲੀ ਮਿਸ ਸੁਮੈਰਾ ਨਾਲ ਮਿਲਣ ਆਇਆ। ਫਿਰ ਤੇ ਤੁਹਾਡੀ ਪ੍ਰੋਬਲਮ ਰਜਿਸਟਰ ਹੀ ਹੱਲ ਕਰ ਸਕਦਾ ਹੈ ਜੇ ਤੁਹਾਨੂੰ ਸੁਮੈਰਾ ਜੀ ਦੀ ਡੇਟ ਆਉਣ ਦੀ ਯਾਦ ਹੋਏ ਤੇ। ਓਏ ਨਾ ਮਕੂਰ, ਮੈਂ ਤੈਨੂੰ ਡੇਟ ਮਾਰਨ ਵਾਲਾ ਬਜ਼ੁਰਗ ਲੱਗਦਾ? ਓਏ ਮੈਂ ਸ਼ਰੀਫ ਆਦਮੀਆਂ ਵਾਂਗੂ ਤੇਰੇ ਕੋਲ ਆਪਣੇ ਗੈਸਟ ਨੂੰ ਮਿਲਣ ਆਏ ਤੇ ਤੂੰ? ਤੁਸੀਂ ਮੇਰਾ ਮਤਲਬ ਗਲਤ ਸਮਝਿਓ ਬਜ਼ੁਰਗੋ। ਗੈਸਟ ਦੀ ਆਉਣ ਦੀ ਤਾਰੀਖ ਦਾ ਪਤਾ ਹੋਏ ਸਾਨੂੰ ਦੱਸਣ ਵਿੱਚ ਆਸਾਨੀ ਹੁੰਦੀ ਹੈ। ਪਤਾ ਨਹੀਂ ਘਰੋਂ ਕਦੋਂ ਟੁਰੀ ਹੈ। ਕਮਾਲ ਹੈ, ਤੁਹਾਨੂੰ ਆਪਣੀ ਧੀ ਦਾ ਘਰੋਂ ਆਉਣ ਦਾ ਪਤਾ ਹੀ ਨਹੀਂ ਕਦੋਂ ਟੁਰੀ ਹੈ। ਬਾਈ ਦੇ ਵੇ ਉਹ ਰਹਿਣ ਵਾਲੇ ਕਿਹੜੇ ਸ਼ਹਿਰ ਦੇ ਨੇ? ਉਹ ਜੀ ਲਾਹੌਰ ਦੀ
ਤੇ ਨਾਲੇ ਜਿਹਨੇ ਲੋੜ ਨਹੀਂ ਦੇਖਿਆ ਉਹ ਜੰਮਿਆ ਹੀ ਨਹੀਂ। ਤੇ ਐਂ ਦੱਸੋ ਨਾ ਜੀ ਲੋਰ ਵਾਲੀ ਸਮੈਰਾ, ਉਹ ਤੇ ਹੁਣ ਹੀ ਆਪਣੇ ਕਮਰੇ ਦੀ ਚਾਬੀ ਲੈ ਕੇ ਗਈ ਉਹਨੇ। ਤੇ ਕਮਰੇ ਦਾ ਨੰਬਰ ਕੀ ਹੈ ਜੀ? 302। ਕਮਰੇ ਦਾ ਨੰਬਰ ਦੱਸਿਆ ਇਹ ਇੱਕ ਕਤਲ ਦੀ ਦਫਾ ਜੀ। ਕੁਛ ਨਹੀਂ ਕੁਛ ਨਹੀਂ, ਸ਼ੁਕਰੀਆ ਸ਼ੁਕਰੀਆ, ਥੈਂਕ ਯੂ ਜੀ। ਬੜੀ ਹੀ ਉਮਰ ਹੈ ਤੁਹਾਡੀ, ਮੇਰੇ ਦਿਲ ਨੇ ਤੁਹਾਨੂੰ ਹੁਣੇ ਹੁਣੇ ਯਾਦ ਕੀਤਾ ਸੀ। ਅੱਛਾ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਕੀ ਪੀਓਗੇ, ਠੰਡਾ ਜਾਂ ਗਰਮ? ਤੁਸੀਂ ਪਿਆਰ ਨਾਲ ਜ਼ਹਿਰ ਵੀ ਪਿਆਓਗੇ ਤੇ ਅਸੀਂ ਪੀਣ ਨੂੰ ਤਿਆਰ ਹੈ। ਵੈਸੇ ਤਕੱਲਫ ਦੀ ਕੋਈ ਜ਼ਰੂਰਤ ਨਹੀਂ, ਮੈਂ ਖਾ ਪੀ ਕੇ ਆਇਆ। ਉਰਫੀ ਸਾਹਿਬ ਤੁਸੀਂ ਮੈਨੂੰ ਇਹ ਦੱਸੋ ਕਿ ਤੁਸੀਂ ਠਹਿਰੇ ਕਿੱਥੇ ਹੋਏ ਹੋ? ਮਰੀ ਵਿੱਚ ਮੇਰੇ 6-7 ਬੰਗਲੇ, ਜਿੱਥੇ ਦਿਲ ਕਰਦਾ ਹੈ ਲੇਟ ਜਾਈਦਾ। ਹਾਏ, ਪਰ ਕੀ ਫਾਇਦਾ ਇਹਨਾਂ ਬੰਗਲਿਆਂ ਦਾ, ਉੱਥੇ ਮੇਰਾ ਕੌਣ ਇੰਤਜ਼ਾਰ ਕਰਦਾ ਪਿਆ ਹੈ? ਅੱਜ ਕੱਲ੍ਹ ਤੁਹਾਡੀ ਮੁਲਾਕਾਤ ਤੁਹਾਡੇ ਭਤੀਜੇ ਅਤੇ ਉਹਨਾਂ ਦੀ ਬੀਵੀ ਸ਼ਾਜ਼ੀਆ ਨਾਲ ਨਹੀਂ ਹੋਈ? ਦਫਾ ਕਰੋ ਜੀ ਰਿਸ਼ਤੇਦਾਰਾਂ, ਤੁਸੀਂ ਆਪਣੀ ਸੁਣਾਓ। ਤੁਸੀਂ ਸੁਣਾਓ। ਅਸੀਂ ਕੀ ਸੁਣਾਉਣਾ, ਅਸੀਂ ਤਾਂ ਤੁਹਾਡੇ ਜਵਾਬ ਦਾ ਇੰਤਜ਼ਾਰ ਕਰਨੇ ਪਏ। ਦਰਅਸਲ ਉਰਫੀ ਸਾਹਿਬ, ਮੈਂ ਆਪਣੀ ਸਹੇਲੀ ਸ਼ਾਜ਼ੀਆ ਨਾਲ ਮਸ਼ਵਰਾ ਕਰਨਾ ਚਾਹੁੰਦੀ ਹਾਂ, ਪਰ ਉਹਦਾ ਪਤਾ ਹੀ ਨਹੀਂ ਚੱਲ ਰਿਹਾ। ਗੋਲੀ ਮਾਰੋ ਜੀ ਸ਼ਾਜ਼ੀਆ ਨੂੰ, ਅਸੀਂ ਹਵਾਰ ਹੋ ਕੇ ਤੁਹਾਨੂੰ ਲੱਭਿਆ ਅਤੇ ਤੁਸੀਂ ਫਿਰ ਆਪਣੀ ਸਹੇਲੀ ਦਾ ਜ਼ਿਕਰ ਕਰੀ ਜਾਂਦੇ ਪਏ। ਤੇ ਕਹਿੰਦੇ ਹੁਣ ਸਾਨੂੰ ਵਿਆਹ ਕਰ ਹੀ ਲੈਣਾ ਚਾਹੀਦਾ। ਕੀ ਖਿਆਲ ਹੈ ਡਾਡਾ? ਮੈਂ ਤੁਹਾਨੂੰ 2-3 ਦਿਨ ਵਿੱਚ ਫੈਸਲਾ ਕਰਕੇ ਦੱਸ ਦੇਵਾਂਗੀ। ਹਾਏ, ਫਿਰ ਤਰੀਕ ਪਾ ਦਿੱਤੀ ਜੇ, ਤੁਸੀਂ ਤੇ ਅੰਨੇ ਕਾਨੂੰਨ ਵਾਂਗ ਤਰੀਖਾਂ 'ਤੇ ਤਰੀਖਾਂ ਪਾਈ ਜਾਂਦੇ ਹੋ। ਹੁਣ ਸਾਡੇ ਪਿਆਰ ਦਾ ਫੈਸਲਾ ਤਾਂ ਸੁਣਾ ਦਿਓ। ਸ਼ਾਜ਼ੀਆ ਮਿਲ ਜਾਂਦੀ ਤੇ ਮੈਂ ਫਿਰ ਸ਼ਾਜ਼ੀਆ ਲੱਗਦਾ ਕੰਧਾਂ ਵਿੱਚ ਟੱਕਰਾਂ ਮਾਰ ਮਾਰ ਕੇ ਤੁਹਾਨੂੰ ਦੱਸਣਾ ਪਵੇਗਾ ਕਿ ਮੈਂ ਆਪਣੇ ਅਤੇ ਤੁਹਾਡੇ ਦਰਮਿਆਨ 'ਚ ਕਿਸੇ ਨਹੀਂ ਬਰਦਾਸ਼ਤ ਕਰ ਸਕਦਾ। ਅੱਛਾ ਚਲੋ, ਹੁਣ ਕਦੀ ਜ਼ਿਕਰ ਨਹੀਂ ਕਰਾਂਗੀ। ਤੇ ਫਿਰ ਮੈਂ ਵੀ ਆਪਣੇ ਦਿਲ 'ਤੇ ਪੱਥਰ ਰੱਖ ਕੇ ਕੱਲ੍ਹ ਤੱਕ ਤੁਹਾਡੇ ਕੋਲ ਜੁਦਾ ਹੋ ਜਾਂਦਾ। ਮੈਂ ਫਿਰ ਮਿਲਣ ਆਵਾਂਗਾ ਜੀ। ਬਿਹਤਰ, ਸਾਡੇ ਇਸ਼ਕ ਦਾ ਫੈਸਲਾ ਛੇਤੀ ਕਰਾ ਦਿਓ। ਬਾਏ ਬਾਏ ਬਾਏ। ਜਨਾਬ ਦਾ ਗੁੱਸਾ ਠੰਡਾ ਹੋਇਆ ਹੋਵੇ ਤੇ ਕੋਈ ਅਰਜ਼ ਕਰੀਏ। ਤੂੰ ਤੇ ਬਿਲਕੁਲ ਹੀ ਗੈਰਾਂ ਵਾਲਾ ਵਰਤਾਓ ਸ਼ੁਰੂ ਕਰ ਦਿੱਤਾ ਸਾਨੀਆ। ਤੂੰ ਤੇ ਨਾਰਾਜ਼ ਹੀ ਇਸ ਤਰ੍ਹਾਂ ਹੋ ਗਈ ਸੈਂ ਕਿ ਅਸੀਂ ਡਰ ਗਏ ਸਾਂ।
सियाने सच ही कहंदे ने सब तो वड्डा झूठ ऐ वे कि दो औरतां चुप बैठियां सन। सानिया इधर उधर दी करन दे बजाय सीधी गल कर जिदे लई असीं सुमैरा दे कमरे च आए हां। तुहानूं काहदी जल्दी है? तू ना पुछ मैं पुछ लैंदा। तुसीं की पुछना चाहते हो भाई जान? अज रात नूं साडा चाइनीज़ खान दा प्रोग्राम है, तू साडे नाल चल रही है ना? माइंड ना करना, मैं इत्थों होटल चो ही मंगवा के कुछ खा लवांगी, तुसीं चले जाना। तेरा भी अजकल पता नहीं चलता सुमेरा, पल विच तोला ते पल विच माशा। चलो विक्की। माइंड ना करी सानिया, ओ ते एदे कोल है ही नहीं। सुमेरा गोली मार शाजिया दे बावर्ची, चुप करके उर्फी साहब नाल शादी कर ले। ओ ओल्ड भी है ते ओदी जेब विच गोल्ड भी है, सारी जिंदगी सुखी रहेगी। ਲੈ ਵੀ ਸਾਨੀਆ, ਤੇਰੀ ਸਹੇਲੀ ਨੂੰ ਸ਼ਾਜ਼ੀਆ ਦਾ ਬਵਰਚੀ ਤੇ ਨਹੀਂ ਲੱਭਿਆ, ਕੋਈ ਹੋਰ ਬੁੱਢਾ ਲੱਭ ਗਿਆ। ਸੁਮੈਰਾ ਵੀ ਦਿਨ ਬਾ ਦਿਨ ਚਿੜਚਿੜੀ ਹੁੰਦੀ ਜਾ ਰਹੀ ਸੀ, ਐਸੇ ਬਹਾਨੇ ਉਹਦੀ ਬੋਰੀਅਤ ਵੀ ਦੂਰ ਹੋ ਜਾਏਗੀ। ਤੇ ਹੋ ਸਕਦਾ ਹੈ ਕਿ ਦਿਲ ਲੱਗੀ 'ਚ ਇਹੋ ਜਿਹੀ ਦਿਲ ਨੂੰ ਲੱਗੇ ਕਿ ਆ ਬੁੱਢਾ ਹੀ ਤੇਰਾ ਦੁੱਲਾ ਭਾਈ ਬਣ ਜਾਵੇ। ਮੇਰੀ ਤੇ ਇਹੀ ਦੁਆ ਹੈ ਕਿ ਇਹਨੂੰ ਕੋਈ ਪਸੰਦ ਆ ਜਾਵੇ, ਵਰਨਾ ਇਹ ਆਪਣਾ ਆਈਡੀਆ ਲੱਭਦੀ ਲੱਭਦੀ ਬੁੱਢੀ ਹੋ ਜਾਵੇਗੀ। ਚੱਲ ਹੁਣ ਚੱਲ ਕੇ ਮੁਬਾਰਕਬਾਦ ਦਈਏ। ਕਿਸੇ ਦੀ ਪ੍ਰਾਈਵੇਟ ਲਾਈਫ ਵਿੱਚ ਉਦੋਂ ਤੀਕਰ ਇੰਟਰੀ ਨਹੀਂ ਮਾਰਦੇ ਜਦੋਂ ਤੀਕਰ ਉਹ ਆਪ ਨਾ ਚਾਹੇ। ਚਲੋ ਲੈਟਸ ਗੋ, ਕਮ ਔਨ। ਮੈਨੂੰ ਪਤਾ ਹੁੰਦਾ ਤੁਸੀਂ ਇੰਨੇ ਚੰਗੇ ਜੋਕ ਸੁਣਾਉਂਦੇ ਹੋ ਤੇ ਮੈਂ ਐਸੇ ਹੋਟਲ 'ਚ ਤੁਹਾਡੇ ਬਰਾਬਰ ਵਾਲਾ ਕਮਰਾ ਬੁੱਕ ਕਰਵਾ ਲੈਂਦਾ। ਹਜੇ ਵੀ ਕੁਛ ਨਹੀਂ ਵਿਗੜਿਆ, ਹੁਣੇ ਵੀ ਤੁਸੀਂ ਕਮਰਾ ਬੁੱਕ ਕਰਵਾ ਸਕਦੇ ਹੋ। ਓ ਆਪਣੇ ਬਗਲਿਆਂ ਦੇ ਹੁੰਦੇ ਅਸੀਂ ਹੋਟਲ 'ਚ ਰਹਿੰਦੇ ਚੰਗੇ ਨਹੀਂ ਲੱਗਦੇ। ਤੇ ਫਿਰ ਮੈਂ ਕੱਲ੍ਹ ਸਾਨੀਆ ਅਤੇ ਵਿੱਕੀ ਨੂੰ ਲੈ ਕੇ ਤੁਹਾਡੇ ਬੰਗਲੇ 'ਤੇ ਆ ਜਾਵਾਂਗੀ। ਗੱਲ ਏ, ਤੁਸੀਂ ਮੂੰਹ ਤੇ ਹੱਥ ਕਿਉਂ ਰੱਖ ਲਿਆ? ਉਹ ਜੀ ਉਲਟੀ ਆ ਰਹੀ ਹੈ। ਉਲਟੀ? ਹਾਏ ਮੈਂ ਮਰ ਗਈ। ਚਾਹ ਵਿੱਚ ਕੁਛ ਮਿਲਿਆ ਤੇ ਨਹੀਂ ਸੀ? ਲੱਗਦਾ ਕੋਈ ਗੈਰ ਜ਼ਰੂਰੀ ਚੀਜ਼ ਪੈ ਹੋਈ ਹੈ। ਹੁਣੇ ਹਾਜ਼ਰ ਹੋਇਆ ਜੀ।
कान दी वाली ठीक कर दें कोई शरारत ना कर दें। इस वाली नु नक पक्का कर देंगा कि हुन ए उतर के कदी नहीं टिकेगी। सुभान अल्लाह, अपने जिस सेली दी शराफत दियां कसमां मैं खांदी सी, आज उन्नू अपनी अखी चिट्टे दिन अनहेर पांदे वेख लिया। शाजिया, तू ते एक इज्जतदार प्यो दी धी सी, तेनू अपने प्यो की इज्जत दागदार करते हुए जरा शर्म नहीं आई? अपने हीरे जे खामन नू छड़ के एक बवर्ची दे नाल इश्क लड़ाने वाली बगैरते अज तो बाद समैरा नू अपनी सेली ना कही। बगैरते चिट्टे दिन हनेर शाजिया नहीं, तू पान की कोशिश कर रही है सुमेरा। अपने प्यो की इज्जत दागदार करने की कोशिश शाजिया नहीं, तू करती रही है। कदी बवर्ची कामरान तो कदी अंकल उर्जी के पीछे। ए अपने खाविन नु छड़ के बवर्ची नाल कुछ छर्रे नहीं उड़ा रही, एदा खाविन सलीम खान मैं वहां ते फिर ऐ उस मुंडे नू मेरे सामने खामत बना के क्यों लियांदी रही? इसलिए सुमेरा, हमेशा तो मेरा आइडियल यंग मैन सी ते तेरा आइडियल ओल्ड मैन सी। कुदरत दी सितम जरीफी समझ या मेरी खुशनसीबी समझ कि मेरी शादी एना दे नाल हो गई। शादी तो बाद मेरी सोच का अंदाज बदल गया। इज्जतदार थियां जिदे लड़ लग जान ओ यंग होवे या ओल्ड, तियां मापे दी लज रखन लई निभा करदियां ने। इन्हां ने ते निभा दी हद ही कर दिती। तेरे लंदन तो आन तो बाद जदों इन्हां नूं मैं अपनी प्रॉब्लम दसी कि मेरा सिर तेरे सामने ना चुके, ते इन्हां ने अपने बावर्ची नूं मेरा खावंद बना के खुद बावर्ची बन गए। तू जीती ते मैं हारी सुमेरा, पर खावंद ओल्ड होवे या यंग होवे बीवी दे सिर दा ताज हुंदा है। अज मैं ऐ ऐलानिया कहनी हाँ, ऐ ओल्ड हुण मेरे सिर दा ताज है, ताज है, ताज है। शाजिया, तू फिर भी मेरी दोस्त होके मेरे नाल दुश्मनी निभांदी रही है। मैं पड़वाइया साहब दे नाल शादी करन दे ख्वाब देखती रही, ते तू एक बारी भी मैनू अपनी सेली समझ के अपने दिल का हाल नहीं सुनाया। तुसी दोवें मियां बीवी ने मिलके मेरे प्यार का मजाक उड़ाया। ਤੁਹਾਨੂੰ ਕਦੀ ਮਾਫ ਨਹੀਂ ਕਰਾਂਗੀ। ਨੀ
सेलियां ते हमराज हुंदियां ने, पर तू 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 ते मैनू सेली भी नहीं समझिया। मेरा दिल करता है कि तेनू एहो जे बदवा दवा कि तेरा हसदा वसदा कार बर्बाद हो जाए। पर नहीं नहीं, मैं तेनू अपनी सहेली कहा सी ते निभा के भी वहावांगी। पर आज तो बाद कदी तुहानू दोवां नू अपनी शक्ल नहीं वहावांगी, शक्ल नहीं वहावांगी। मेरा जी, हुण ते ताड़ियां अखां भी साफ हो गई हैं ते सब कुछ क्लियर भी हो गया, हुण ते तुहानू फैसला कर देना चाहिदा साडे इश्क दा। मन्नू बुढ़ियां कोलों सख्त नफरत हो गई है, हुण मैं किसी ओल्ड मैन नाल नहीं यंग मैन नाल शादी करांगी। ते फिर यंग मैन हाजिर है। तू? जी हाँ, मैं अंकल उर्फी समझ लो, शाजिया दा नकली शोहर समझ लो, या फिर सलीम हां दा बबरची समझ लो। ए सारे भेत मैं ताड़े इश्क विच विटाए, मैं सोचिया रांझे ने अपने कान पड़वाए, मजनू ने रेगिस्तान च रेता खादियां, ते माहीवाल ने अपने पट दे कुआब खवाए, ते मैं अपनी सोहनी वास्ते कदी यंग ते कदी ओल्ड मैन बनदा रहा। हुण दसो मेरे वास्ते की हुक्म है। प्यार कर दे मेरे नाल। हाँ, बहुत ज्यादा। तुसी मैनू हर हाल च कबूल हो।